ਜਿਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਸਬਸਕ੍ਰਾਈਬ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ YouTube ਚੈਨਲ ਅੱਜ ਤੁਹਾਡੇ ਨਾਲ ਬਹੁਤ ਰੀਕ ਵੀਡੀਓ ਲੈ ਕੇ ਆਏ ਜਿਹੜੀ ਕਿ ਮੈਡ ਲਿਸਟ ਨੂੰ ਲੈ ਕੇ ਬਹੁਤ ਸਾਰੇ ਸਟੂਡੈਂਟ ਜਿਹੜੇ ਕਿ ਚਿੰਤਾ ਦੇ ਵਿੱਚ ਸੀ ਉਹਨਾਂ ਨਾਲ ਸ਼ੇਅਰ ਕਰਦੇ ਆਂ ਕਿਸ ਕੋਰਸ ਦੇ ਰਿਗਾਰਡਿੰਗ ਹੈ ਇਹ ਤੁਹਾਡਾ ਸ਼ੇਅਰ ਕਰਨ ਜਾ ਰਹੇ ਆਂ ਜੀ ਇੱਥੇ ਤੁਸੀਂ VF USSH ਜਿਹੜੀ ਪਾਪਾਫਰੀਦ ਯੂਨੀਵਰਸਿਟੀ ਹੈਲਥ ਐਂਡ ਸਾਇੰਸ ਵਾਰਡ ਅਟੈਂਡੈਂਟ ਦਾ ਜਿਹੜਾ ਐਗਜ਼ਾਮ ਹੋਇਆ ਸੀ ਉਸ ਨੂੰ ਲੈ ਕੇ ਛੋਟੀ ਜੀ ਅਪਡੇਟ ਜਿਹੜੀ ਤੁਹਾਨੂੰ ਦਿਨ ਕਰਨੀ ਹੈ ਸ਼ੇਅਰ ਉਸ ਦੀ ਪ੍ਰੋਵੀਜ਼ਨ ਮੈਰਿਟ ਲਿਸਟ ਜਿਹੜੀ ਆ ਚੁੱਕੀ ਹੈ ਉਹ 10 ਦਸੰਬਰ ਤੇ 21 ਨੂੰ ਸ਼ਾਮ ਦੇ ਟਾਈਮ ਮਤਲਬ ਕਿ ਸ਼ਾਮ ਨੂੰ ਅਪਲੋਡ ਹੋ ਚੁੱਕੀ ਸੀਗੀ ਬਹੁਤ ਸਾਰੇ ਸਟੂਡੈਂਟਾਂ ਨੂੰ ਅਪਲੋਡ ਮਿਲੀ ਨਹੀਂ ਸੀ ਕੱਲ ਇਸ ਕਰਕੇ ਅੱਜ ਪ੍ਰੋਪਰਲੀ ਹੋ ਰਹੀ ਆਪਨ ਕੱਲ ਓਪਨ ਨਹੀਂ ਹੋ ਰਹੀ ਸੀ ਵੈਬਸਾਈਟ ਇਸ ਕਰਕੇ ਕੱਲ ਵੀਡੀਓ ਨਹੀਂ ਬਣਾ ਪਾਏ ਇਹ 10 10 ਦਸੰਬਰ ਤੇ 21 ਨੂੰ ਅਪਡੇਟ ਅਗੇ ਸੀ ਹੁਣ ਆਪਾਂ ਆਫੀਸ਼ੀਅਲ ਵੈਬਸਾਈਟ ਤੇ ਚਲਦੇ ਹਾਂ ਜੇਕਰ ਕਿਸੇ ਨੂੰ ਕੋਈ ਵੀ ਡਾਊਟ ਹੋਏ ਇਸ ਮੈਟਲਿਸਟ ਨੂੰ ਲੈ ਕੇ ਸਾਡੇ ਨਾਲ ਸ਼ੇਅਰ ਕਰ ਸਕਦਾ ਹੈ ਜੀਵੀ ਸਟੇਸ਼ਨ ਇੰਸਟਾਗ੍ਰam ਅਕਾਊਂਟ ਤੇ ਤੇ ਗੱਲਬਾਤ ਕਰ ਸਕਦੇ ਲੋ ਜੀ ਬਾਬਾ ਫਰੀ ਜੁਨੀਵਰਸਿਟੀ ਆਫ ਹੈਲਥ ਹੈਲਥ ਸਾਇੰਸ ਤੇ ਵੱਲ ਆ ਚੁੱਕੇ ਫਰੀਦਕੋਟ ਤੇ ਉਹਦੀ ਇਹ ਆਫੀਸ਼ੀਅਲ ਵੈਬਸਾਈਟ ਹੈ ਤੁਸੀਂ ਵੈਬਸਾਈਟ ਤੇ ਚਲੇ ਜਾਣਾ ਇੱਥੇ ਬਿਲਕੁਲ ਲਿਖਿਆ ਹੋਇਆ ਇਸ ਤੇ ਕਲਿੱਕ ਕਰੋਗੇ ਕਲਿਕ ਕਰਨ ਤੋਂ ਬਾਅਦ ਇਹ ਤੁਹਾਨੂੰ ਮੈਰਿਟ ਲਿਸਟ ਜਿਸ ਹੈਗੀ ਇਹ ਮੈਰਿਟ ਲਿਸਟ ਤੇ ਕਲਿਕ ਕਰੋਗੇ ਤੇ ਇੰਟਰਫੇਸ ਆਪਣੇ ਕੋਲੇ ਨਵਾਂ ਖੁੱਲੇਗਾ ਤੇ ਉਹਦੇ ਵਿੱਚ ਮੈਰਿਟ ਤੁਸੀਂ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਆਪਣੇ ਕੋਲੇ ਓਪਨ ਹੋ ਚੁੱਕੀ ਹੈ ਮੈਰਿਟ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਜਿਹੜਾ ਕੇ ਟੈਸਟ ਰੋ ਨੰਬਰ ਨੇਮ ਫਾਦਰ ਨੇਮ ਕੈਟਾਗਰੀ ਜੈਂਡਰ ਡੀਓਬੀ ਏਜ ਉਸ ਤੋਂ ਬਾਅਦ ਤਾਂਤ ਮਾਰਕ ਸ਼ੀਟ ਜਿਹੜੀ ਵੀ ਸਰਟੀਫਿਕੇਟ 8th 10th ਪੰਜਾਬੀ ਪਾਸ ਇਸ ਤਰ੍ਹਾਂ ਸਾਰੀ ਡਿਟੇਲ ਤੁਹਾਨੂੰ ਲਿਖੀ ਹੋਣੀ ਕਾਫੀ ਲੰਮਾ ਜਰਾਈ ਦਾ ਇਹ ਮੈਰਿਟ ਲਿਸਟ ਆ ਇਸ ਮੈਰਿਟ ਲਿਸਟ ਦਾ ਲਿੰਕ ਜਿਹੜਾ ਇੱਕ ਤੁਹਾਨੂੰ ਉਦੀ ਦੀ ਪੂਰੀ ਮੈਡ ਲਿਸਟ ਤੁਹਾਨੂੰ ਜੀਵੀ ਸਟੇਸ਼ਨ ਦੇ ਇੰਸਟਾਗ੍ਰam ਅਸ ਜੀਵੀ ਸਟੇਸ਼ਨ ਟੈਲੀਗ੍ਰam ਚੈਨਲ ਤੇ ਮਿਲ ਜਾਵੇਗੀ ਇੰਸਟਾਗ੍ਰam ਤੇ ਵੀ ਸਾਡੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਉਦੇ ਨਾਲ ਐਕਸਪੀਰੀਅੰਸ ਵੀ ਹੈ ਇੱਕ ਐਕਸਪੀਰੀਅੰਸ ਵਾਲਾ ਵੀ ਇਹ ਪ੍ਰੋਵੀਜ਼ਨਲ ਲਿਸਟ ਆਫ ਦਾ ਵਾਰਡ ਅਟੈਂਡਰ ਵਿਦ ਐਕਸਪੀਰੀਅੰਸ ਵਾਲਾ ਵੀ ਇਹ ਵੀ ਐਕਸਪੀਰੀਅੰਸ ਵਾਲਾ ਤੁਸੀਂ ਧਿਆਨ ਨਾਲ ਦੇਖਣਾ ਕਿ ਸਾਰੀ ਡਿਟੇਲ ਤੁਹਾਨੂੰ ਮਿਲੇਗੀ ਤੁਸੀਂ ਚੈੱਕ ਕਰ ਸਕਦੇ ਹੋ ਆਪਣਾ ਜੁਮੀ ਵੀ ਜਿਹੜੀ ਕਿ ਫਾਈਨਲ ਪ੍ਰੋਵੀਜ਼ਨ ਲਿਸਟ ਆ ਚੁੱਕੀ ਹੈ ਕੈਂਡੀਡੇਟ ਆਪਣਾ ਚੈੱਕ ਕਰ ਲੈਣ ਕੋਈ ਡਾਊਟ ਹੋਵੇ ਆਪਣੀ ਮੈਡ ਲਿਸਟ ਨੂੰ ਲੈ ਕੇ ਉਹ ਗਲਤ ਕਰ ਸਕਦਾ ਹੈ ਉਹਦਾ ਡਾਊਟ ਕਲੀਅਰ ਹੋ ਸਕਦਾ ਹੈ ਸਾਡੇ ਆਪ ਦਾ ਜਿਹੜਾ ਵੀ ਡਾਊਟ ਹੋਇਆ ਸਾਡਾ ਇਨਸਟਰੂਕਟ ਸ਼ੇਅਰ ਕਰਿਓ ਇਸ ਤਰ੍ਹਾਂ ਮੈਡ ਲਿਸਟ ਆ ਤੁਸੀਂ ਚੈੱਕ ਕਰ ਸਕਦੇ ਹੋ ਇਹਦਾ ਜਿਹੜਾ ਲਿੰਕ ਹੈ ਮੈਂ ਤੁਹਾਨੂੰ ਦੇ ਦੇਵਾਂਗਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਜੇਕਰ ਕਿਸੇ ਨੂੰ ਕੋਈ ਵੀ ਡਾਊਟ ਹੋਇਆ ਸਾਡੇ ਨਾਲ ਪਲੀਜ਼ ਸ਼ੇਅਰ ਜਰੂਰ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ